ਸਤਿ ਸ਼੍ਰੀ ਅਕਾਲ ਦੋਸਤੋ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਹੈ ਦੋਸਤੋ ਅੱਜ ਦੇ ਟੌਪਿਕ ਦੇ ਵਿੱਚ ਆਪਾਂ ਗੱਲ ਕਰਾਂਗੇ ਇੰਗਲਿਸ਼ ਸ਼ਾਰਟਹੈਂਡ ਦੇ ਵਿੱਚ ਸਵਰਾਂ ਦੇ ਬਾਰੇ ਕਿ ਆਪਾਂ ਇੰਗਲਿਸ਼ ਸ਼ਾਰਟਹੈਂਡ ਦੇ ਵਿੱਚ ਸਵਰ ਕਿਸ ਤਰ੍ਹਾਂ ਲਗਾ ਸਕਦੇ ਹਾਂ ਜਿਵੇਂ ਕਿ ਆਪਾਂ ਪੰਜਾਬੀ ਦੇ ਵਿੱਚ ਕੰਨਾ ਲਾਵਾ ਸਿਹਾਰੀ ਬਿਹਾਰੀ ਔਂਕੜ ਟੈਂਕੜ ਹਨਾ ਹੋੜਾ ਕਨੋੜਾ ਆਪਾਂ ਇਸ ਤਰ੍ਹਾਂ ਲਗਾਉਂਦੇ ਹੁੰਦੇ ਸੀ ਤਾਂ ਇੰਗਲਿਸ਼ ਦੇ ਵਿੱਚ ਆਪਾਂ ਕਿਸ ਤਰ੍ਹਾਂ ਲਗਾ ਸਕਦੇ ਹਾਂ ਬਹੁਤ ਆਸਾਨ ਹੈ ਦੋਸਤੋ ਬਿਲਕੁਲ ਸੇਮ ਟੂ ਸੇਮ ਜਿਵੇਂ ਆਪਾਂ ਪੰਜਾਬੀ ਦੇ ਵਿੱਚ ਕਰਦੇ ਹੁੰਦੇ ਸੀ ਉਸੇ ਤਰ੍ਹਾਂ ਹੀ ਹੈ ਠੀਕ ਹੈ ਦੇਖੋ ਸਭ ਤੋਂ ਪਹਿਲਾਂ ਆਪਾਂ ਇਹਨੂੰ ਦੋਮਲਕੇ ਵੀ ਪਲੇਸਸ ਦੇ ਵਿੱਚ ਆਪਾਂ ਕਨਵਰਟ ਕਰਾਂਗੇ ਜਿਵੇਂ ਕਿ ਫਰਸਟ ਸੈਕੰਡ ਔਰ ਥਰਡ ਠੀਕ ਹੈ ਸਭ ਤੋਂ ਪਹਿਲਾਂ ਆਪਾਂ ਇਹੇ ਦਿਮਾਗ ਦੇ ਵਿੱਚ ਲੈ ਕੇ ਆਉਣਾ ਜਿਵੇਂ ਕਿ ਆਪਾਂ ਪੰਜਾਬੀ ਦੇ ਵਿੱਚ ਕਰਦੇ ਹੁੰਦੇ ਸੀ ਔਰ ਇਹੇ ਮਿਲਕੇ ਦੋ ਭਾਗਾਂ ਦੇ ਵਿੱਚ ਹੁੰਦਾ 1 ਔਰ 2 ਇੱਥੇ ਵੀ ਆਪਾਂ ਫਰਸਟ ਸੈਕੰਡ ਔਰ ਥਰਡ ਠੀਕ ਹੈ ਇੱਥੇ ਆਪਾਂ ਡਾਟ ਲਗਾਵਾਂਗੇ ਤੇ ਇੱਥੇ ਆਪਾਂ ਡੈਸ਼ ਲਗਾਵਾਂਗੇ ਜਿਵੇਂ ਕਿ ਆਪਾਂ ਪੰਜਾਬੀ ਦੇ ਵਿੱਚ ਕਰਦੇ ਹੁੰਦੇ ਸੀਗੇ ਠੀਕ ਹੈ ਸਭ ਤੋਂ ਪਹਿਲਾਂ ਦੇਖੋ ਪਲੇਸਸ ਦੇ ਬਾਰੇ ਤੁਹਾਨੂੰ ਪਤਾ ਹੀ ਹੋਣਾ ਹੈ ਜਿਵੇਂ ਕਿ ਆਪਾਂ ਕੋਈ ਵੀ ਸ਼ਬਦ ਮਤਲਬ ਕਿ ਵੀ ਆਪਾਂ ਡਿਕਟੇਟ ਕੀਤਾ ਨਾ ਜਿਵੇਂ ਕਿ ਆਪਾਂ ਪੀ ਸ਼ਬਦ ਇੱਥੇ ਪਾ ਲਿਆ ਠੀਕ ਹੈ ਪੀ ਸ਼ਬਦ ਜਿੱਥੋਂ ਆਪਾਂ ਸਟਾਰਟ ਕੀਤਾ ਉਹ ਫਰਸਟ ਪਲੇਸ ਹੈ ਜਿੱਥੇ ਜੋ ਵਿਚਕਾਰ ਵਾਲਾ ਹਿੱਸਾ ਹੈ ਉਹ ਸੈਕੰਡ ਪਲੇਸ ਹੈ ਜਿੱਥੇ ਆਪਾਂ ਸ਼ਬਦ ਨੂੰ ਖਤਮ ਕੀਤਾ ਉਹ ਥਰਡ ਪਲੇਸ ਹੈ ਠੀਕ ਹੈ ਬਸ ਉਸੇ ਤਰ੍ਹਾਂ ਹੀ ਇਹ ਮਤਲਬ ਕਿ ਵੀ ਪਲੇਸਸ ਹੁੰਦੀਆਂ ਆਪਣੀ ਇੰਗਲਿਸ਼ ਸ਼ਾਰਟਹੈਂਡ ਦੇ ਵਿੱਚ ਠੀਕ ਹੈ ਸਭ ਤੋਂ ਪਹਿਲਾਂ ਆਪਾਂ ਦੋਸਤੋ ਪਹਿਲੀ ਪਲੇਸ ਵਾਲੇ ਕਰਾਂਗੇ ਸਭ ਤੋਂ ਪਹਿਲਾਂ ਅੱਜ ਦੇ ਟੌਪਿਕ ਦੇ ਵਿੱਚ ਆਪਾਂ ਸਿਰਫ ਡਾਟ ਵਾਲੇ ਕਰਾਂਗੇ ਕਿ ਆਪਾਂ ਡਾਟ ਵਾਲੇ ਜੋ ਸ਼ਬਦ ਹੈ ਉਹ ਆਪਾਂ ਮਤਲਬ ਜੋ ਸਵਰ ਹੈ ਤਾਂ ਪੌ ਪਾਜੇ ਉਹਨਾਂ ਵਾਰੇ ਆਪਾਂ ਡਿਸਕਸ ਕਰ ਲਏ। ਦੇਖੋ ਦੋਸਤੋ ਜੋ ਡਾਟ ਵਾਲਾ ਸ਼ਬਦ ਹੈ ਜਿਵੇਂ ਆਪਾਂ ਪੰਜਾਬੀ ਦੇ ਵਿੱਚ ਕਰਦੇ ਹੁੰਦੇ ਸੀ ਕੰਨੇ ਵਾਲੇ ਜਾਂ ਫਿਰ ਹਿੰਦੀ ਵਿੱਚ ਆ ਦੀ ਮਾਤਰਾ ਠੀਕ ਹੈ ਉਹ ਆਪਾਂ ਫਰਸਟ ਪਲੇਸ ਤੇ ਪਾਵਾਂਗੇ ਜਿਵੇਂ ਕਿ ਆਪਾਂ ਨੂੰ ਕੋਈ ਸ਼ਬਦ ਆ ਗਿਆ ਜੇ ਜੇ ਸ਼ਬਦ ਆਇਆ ਹਨ ਜਿਵੇਂ ਆਪਾਂ ਪਹਿਲਾਂ ਡਿਕਟੇਟ ਕੀਤੇ ਸੀਗੇ ਪਹਿਲਾਂ ਵਾਲੇ ਉਹਨਾਂ ਕਿ ਵੀ ਵੀਡੀਓ ਦੇ ਵਿੱਚ ਆਪਾਂ ਜੇ ਕਿਸ ਤਰ੍ਹਾਂ ਲਿਖਣੀ ਹੈ ਦੇ ਜੇਕਰ ਆਪ ਨੂੰ ਮਿਲ ਕੇ ਵੀ ਜੇ ਇਹ ਸ਼ਬਦ ਆ ਗਿਆ ਹੈ ਨਾ ਤਾਂ ਫਿਰ ਆਪਾਂ ਆ ਪਾਵਾਂਗੇ ਇਹਨੂੰ ਆਪਾਂ ਲਾਈਨ ਨਾਲ ਟੱਚ ਨਹੀਂ ਕਰਨਾ ਠੀਕ ਹੈ ਸਭ ਤੋਂ ਪਹਿਲੀ ਗੱਲ ਇਹ ਹੈ ਇਹ ਜੋ ਕੰਨਾ ਹੈ ਮਿਲ ਕੇ ਵੀ ਦੇਖੋ ਇਸ ਤੇ ਜੋ ਜੋ ਮਿਲ ਕੇ ਆ ਦੀ ਮਾਤਰਾ ਜੋ ਕੰਨੇ ਵਾਲੇ ਸ਼ਬਦ ਹੈ ਉਹ ਆਪਾਂ ਟੱਚ ਨਹੀਂ ਕਰਨੇ ਤੇ ਆਪਾਂ ਜੋ ਪੁਆਇੰਟ ਹੈ ਜੋ ਫੁੱਲ ਸਟਾਪ ਹੈ ਉਹ ਆਪਾਂ ਬਿਲਕੁਲ ਮਿਲ ਕੇ ਦੀ ਫਰਸਟ ਪਲੇਸ ਤੇ ਲਗਾ ਦੇਾਂਗੇ ਜਿਵੇਂ ਆਪਾਂ ਪੰਜਾਬੀ ਦੇ ਵਿੱਚ ਕਰਦੇ ਹੁੰਦੇ ਸੀ ਨੈਕਸਟ ਹੈਗਾ ਜੀ ਸੈਕੰਡ ਪਲੇਸ ਜਿੱਥੇ ਮਿਲ ਕੇ ਏ ਦੀ ਮਾਤਰਾ ਆ ਜਾਵੇ ਜਾਂ ਫਿਰ ਲਾਵਾ ਆ ਜਾਵੇ ਪੰਜਾਬੀ ਦੇ ਵਿੱਚ ਗੱਲ ਕਰੀਏ ਔਰ ਜੇਕਰ ਆਪ ਨੂੰ ਮਿਲ ਕੇ ਵੀ ਜੇ ਸ਼ਬਦ ਆ ਜੇ ਹਨ ਵੀ ਆਪਾਂ ਜੇ ਸ਼ਬਦ ਲਿਖਣਾ ਮਿਲ ਕੇ ਵੀ ਜਜੇ ਨੂੰ ਜਾਂ ਫਿਰ ਜੇ ਨੂੰ ਲਾਵਾਂ ਵਾਲਾ ਜਿਉਂ ਜੋ ਲਹਿਜ ਹੈ ਹਨਾ ਵੀ ਮਿਲ ਕੇ ਜੇ ਸ਼ਬਦ ਆ ਗਿਆ ਜਿਵੇਂ ਆਪਾਂ ਜੇਕਰ ਇਸ ਤਰ੍ਹਾਂ ਜੇ ਤਾਂ ਆਪਾਂ ਇਹਨੂੰ ਪਰ ਲਾਈਨਰ ਟੱਚ ਕਰ ਦੇਵਾਂਗੇ ਤਾਂ ਮਿਲ ਕੇ ਵੀ ਏ ਦੀ ਆਵਾਜ਼ ਆ ਰਹੀ ਹੈ ਲਾਵ ਦੀ ਆਵਾਜ਼ ਆ ਰਹੀ ਹੈ ਤਾਂ ਫਿਰ ਇਹਨੂੰ ਆਪਾਂ ਵਿਚਕਾਰ ਇਹਨੂੰ ਆਪਾਂ ਇਸੇ ਤਰ੍ਹਾਂ ਹੀ ਡਿਕਟੇਟ ਕਰ ਦੇਵਾਂਗੇ ਤਾਂ ਇਹਦਾ ਕੀ ਮਤਲਬ ਹੋ ਗਿਆ ਲਾਵੇ ਵਾਲਾ ਲਹਿਜ ਆ ਰਿਹਾ ਹੈ ਹਨਾ ਤਾਂ ਫਿਰ ਇਹਨੂੰ ਆਪਾਂ ਸੈਕੰਡ ਪਲੇਸ ਤੇ ਜੋ ਡਾਟ ਆਹੋਪਰ ਲਗਾ ਦੇਵਾਂਗੇ ਠੀਕ ਹੈ ਨੈਕਸਟ ਹੈਗੇ ਜੀ ਥਰਡ ਪਲੇਸ ਜਿੱਥੇ ਮਨ ਲੁਕੀ ਵੀ ਈ ਦੀ ਮਾਤਰਾ ਆਵੇ ਜਾਂ ਫਿਰ ਸਿਹਾਰੀ ਜਾਂ ਫਿਰ ਵਿਹਾਰੀ ਦੀ ਆਵਾਜ਼ ਆਵੇ ਹਨਾ ਉੱਥੇ ਆਪਾਂ ਇਸ ਤਰ੍ਹਾਂ ਇਹਨਾਂ ਲੁਕੀ ਵੀ ਜਿਵੇਂ ਜੀ ਸ਼ਬਦ ਆ ਜਾਵੇ ਜਿਵੇਂ ਜੇ ਨੂੰ ਆਈ ਸ਼ਬਦ ਆ ਜੇ ਹਨਾ ਕੁਝ ਵੀ ਔਰ ਇਹਨੂੰ ਆਪਾਂ ਕੀ ਕਰਨਾ ਲਾਈਨ ਨੂੰ ਟੱਚ ਉਹਨਾਂ ਲੁਕੀ ਵੀ ਕੱਟ ਕਰ ਦੇਣਾ ਤਾਂ ਫਿਰ ਬਿਲਕੁਲ ਥਰਡ ਪਲੇਸ ਤੇ ਆਪਾਂ ਲਗਾ ਦੇਣਾ ਇਹ ਵਿੱਚ ਸਭ ਤੋਂ ਮੇਨ ਵਾਲੀ ਸਮਝਣ ਵਾਲੀ ਜੋ ਗੱਲ ਹੈ ਉਹ ਦੋਸਤੋ ਪਲੇਸਸ ਦਾ ਹੈ ਜੇਕਰ ਤੁਹਾਨੂੰ ਪਲੇਸ ਸਮਝ ਆ ਗਿਆ ਤਾਂ ਫਿਰ ਤੁਸੀਂ ਬਹੁਤ ਆਸਾਨੀ ਨਾਲ ਸ਼ਾਰਟਹੈਂਡ ਕਰ ਸਕਦੇ ਹੋ ਮਤਲਬ ਅੱਜ ਆਪਾਂ ਡਾਟ ਵਾਲੇ ਕਰਾਂਗੇ ਡਾਟ ਵਾਲੇ ਸਮਝੋ ਜਿੱਥੇ ਕੰਨਾ ਜਾਂ ਫਿਰ ਆ ਨੂੰ ਆ ਦੀ ਮਾਤਰਾ ਆ ਜਾਵੇ ਤਾਂ ਫਿਰ ਉੱਥੇ ਆਪਾਂ ਪਹਿਲੇ ਸਥਾਨ ਤੇ ਪਾਵਾਂਗੇ ਜੇਕਰ ਲਾਮੀ ਦੀ ਆਵਾਜ਼ ਆ ਰਹੀ ਹੈ ਤਾਂ ਫਿਰ ਉਹਨੂੰ ਆਪਾਂ ਸੈਕੰਡ ਪਲੇਸ ਤੇ ਪਾਵਾਂਗੇ ਤੇ ਲਾਈਨ ਨਾਲ ਟੱਚ ਕਰ ਦੇਵਾਂਗੇ ਔਰ ਅਗਰ ਉਹਨਾਂ ਕਿ ਵੀ ਜੀ ਆ ਜਾਵੇ ਤਾਂ ਉਹਨੂੰ ਆਪਾਂ ਲਾਈਨ ਨੂੰ ਕੱਟ ਕਰ ਦੇਵਾਂਗੇ ਦੁਬਾਰਾ ਸਮਝ ਲਓ ਦੋਸਤੋ ਸਭ ਤੋਂ ਪਹਿਲਾਂ ਜੇਕਰ ਆ ਦੀ ਆਵਾਜ਼ ਆ ਰਹੀ ਹੈ ਤਾਂ ਫਿਰ ਮਤਲਬ ਕਿ ਵੀ ਉਹਨੂੰ ਆਪਾਂ ਲਾਈਨ ਨੂੰ ਟੱਚ ਨਹੀਂ ਕਰਨਾ ਤੇ ਸਿਰਫ ਬਿਲਕੁਲ ਪਾਕਿਸਤਾਨ ਤੇ ਲੱਗ ਜੂ ਜੇਕਰ ਮਤਲਬ ਕਿ ਵੀ ਏ ਦੀ ਆਵਾਜ਼ ਆ ਜਾਵੇ ਜਾਂ ਫਿਰ ਲਾਂ ਦੀ ਆਵਾਜ਼ ਆਵੇ ਤਾਂ ਫਿਰ ਉਹਨੂੰ ਆਪਾਂ ਸੈਕੰਡ ਪਲੇਸ ਨਾਲ ਕਰਾਂਗੇ ਮਤਲਬ ਸੈਕੰਡ ਪਲੇਸ ਮਤਲਬ ਜੋ ਸ਼ਬਦ ਹੈ ਉਹਨੂੰ ਆਪਾਂ ਟੱਚ ਕਰ ਦੇਵਾਂਗੇ ਅਗਰ ਥਰਡ ਪਲੇਸ ਮਤਲਬ ਸਿਹਾਰੀ ਜਾਂ ਵਿਹਾਰੀ ਆ ਜਾਵੇ ਜਾਂ ਫਿਰ ਈ ਦੀ ਮਾਤਰਾ ਆ ਜਾਵੇ ਠੀਕ ਹੈ ਤਾਂ ਫਿਰ ਉਹਨੂੰ ਆਪਾਂ ਕੱਟ ਕਰਦੇ ਨਾਲ ਤੇ 3rd ਪਲੇਸ ਤੇ ਆਪਾਂ ਸਿਆਰੀ ਤੇ ਵਿਆਰੀ ਆਪਾਂ ਲਗਾ ਦੇਣੀ ਹੈ ਤੇ ਠੀਕ ਹੈ ਬਸ ਉਸੇ ਤਰ੍ਹਾਂ ਹੀ ਇਹ ਇੰਗਲਿਸ਼ ਦੇ ਵਿੱਚ ਵੀ ਇਸ ਸੇਮ ਟੂ ਸੇਮ ਹੈ ਆਪਾਂ ਕੁਝ ਸ਼ਬਦ ਆਪਾਂ ਕਰਕੇ ਦੇਖਦੇ ਆਂ ਮਤਲਬ ਕਿ ਕੋਈ ਐਕਸਰਸਾਈਜ਼ ਆਪਾਂ ਕਰਕੇ ਦੇਖਦੇ ਆਂ ਠੀਕ ਹੈ ਜਿਵੇਂ ਕਿ ਦੋਸਤੋ ਦੇਖੋ ਸਭ ਤੋਂ ਪਹਿਲਾ ਜੋ ਸ਼ਬਦ ਹੋਏਗਾ ਪਾਲ ਠੀਕ ਹੈ ਆਪਾਂ ਪਾਲ ਸ਼ਬਦ ਲਿਖਣਾ ਹੈ ਆਪਾਂ ਕੁਝ ਸ਼ਬਦ ਲਿਖ ਲੈਣੇ ਆ ਜਿਵੇਂ ਪਾਲ ਨੈਕਸਟ ਹੈਗਾ ਮਾਲ ਫਿਰ ਹੈਗਾ ਜੀ ਕਾਮ ਸ਼ਾਂਤੀ ਵਾਲਾ ਕੰਮ ਠੀਕ ਹੈ ਸਭ ਤੋਂ ਪਹਿਲਾਂ ਪਾਲ ਸ਼ਬਦ ਹੈ ਜਿਵੇਂ ਆਪਾਂ ਲਾਈਨ ਹੈ ਠੀਕ ਹੈ ਜਿਵੇਂ ਆਪਾਂ ਪੰਜਾਬੀ ਦੇ ਵਿੱਚ ਕਰਦੇ ਹੁੰਦੇ ਸੀ ਪਾਲ ਵਸ ਉਸੇ ਤਰ੍ਹਾਂ ਹੀ ਇਹਦੇ ਵਿੱਚ ਡਿਕਟੇਟ ਹੋਏਗਾ ਜਿਵੇਂ ਕਿ ਪੀ ਹੈ ਇਹਨੂੰ ਆਪਾਂ ਟੱਚ ਨਹੀਂ ਕਰਨਾ ਕਿਉਂ ਕਿ ਇੱਥੇ ਆ ਦੀ ਆਵਾਜ਼ ਆ ਰਹੀ ਹੈ ਕੰਨੇ ਦੀ ਆਵਾਜ਼ ਆ ਰਹੀ ਹੈ ਤਾਂ ਫਿਰ ਐਲ ਠੀਕ ਹੈ ਤਾਂ ਫਿਰ ਇੱਥੇ ਕੀ ਕਰਨਾ ਆਪਾਂ ਮਤਲਬ ਕਿ ਵੀ ਆਪਾਂ ਜੋ ਕੰਨੇ ਵਾਲੇ ਜੋ ਮਤਲਬ ਕਿ ਵੀ ਫੁੱਲ ਸਟਾਪ ਉਹ ਓਪ ਲਗਾ ਦੇਣਾ ਜੋ ਕੰਨੇ ਵਾਲਾ ਫਸਟ ਪਲੇਸ ਤੇ ਫਸਟ ਪਲੇਸ ਤੇ ਨੈਕਸਟ ਆ ਗਿਆ ਮਾਲ بس ਇਹਨੂੰ ਵੀ ਆਪਾਂ ਟੱਚ ਨਹੀਂ ਕਰਨਾ ਠੀਕ ਹੈ ਇੱਥੇ ਆਪਾਂ ਕੰਨੇ ਵਾਲਾ ਲਗਾ ਦੇਵਾਂਗੇ ਨੈਕਸਟ ਹੈਗੇ ਜੀ ਕਾਮ ਠੀਕ ਹੈ ਮਤਲਬ ਕਿ ਵੀ ਕਾਮਲਕ ਕੱਕੇ ਦੀ ਆਵਾਜ਼ ਆ ਰਹੀ ਹੈ ਤਾਂ ਫਿਰ ਇੱਥੇ ਆਪਾਂ ਕੱਕੇ ਵਾਲੇ ਲਗਾ ਦੇਵਾਂਗੇ ਤੇ ਇੱਥੇ ਆਪਾਂ ਫੁੱਲ ਸਟਾਪ ਕੰਨੇ ਵਾਲਾ ਲਗਾ ਦੇਵਾਂਗੇ ਇਸ ਤੇ نیچے ਠੀਕ ਹੈ نیچے ਵਾਲੇ ਮਤਲਬ ਕਿ ਹਿੱਸੇ ਤੇ ਪਵੇਗਾ ਇੱਕ ਚੀਜ਼ ਹੋਰ ਸਮਝ ਲਓ ਜਿੱਥੇ ਵੀ ਆਪਾਂ ਕੰਨਾ ਵਗੈਰਾ ਹਨ ਉਹ ਆਪਾਂ ਮਤਲਬ ਕਿ ਵੀ ਹਿੱਸਾ ਆਮਲਕੀ ਆਪਾਂ ਆਪਣੇ ਰਾਈਟ ਹੈਂਡ ਲਗਾਉਣੇ ਹਨ ਕੁਝ ਵੀ ਲਾਵਾ ਵਿਹਾਰੇ ਸਿਆਰੀ ਅਗਰ ਆਪਣੇ ਆਪਣੇ ਕੋਲ ਲੇਟ ਵਿੱਚ ਆਪਦਾ ਆ ਜਾਣ ਤਾਂ ਹਮੇਸ਼ਾ ਆਪਾਂ ਨੀਚੇ ਵਾਲੇ ਮਨ ਲਕਿ ਪਾਸੇ ਆਪਾਂ ਇਹ ਜੋ ਡਾਟ ਹੈ ਜਾਂ ਫਿਰ ਡੈਸ਼ ਹੈ ਉਹ ਆਪਾਂ ਲਗਾਵਾਂਗੇ ਠੀਕ ਹੈ ਨੈਕਸਟ ਮਨ ਲਕਿ ਵੀ ਆਪਾਂ ਹੋਰ ਕਰ ਲੈਨੇ ਸੈਕਸਰਸਾਈਜ਼ ਦੇ ਵਿੱਚ ਵੀ ਡਾਟਾ ਸ਼ਬਦ ਹੈ ਡੀ ਏ ਟੀ ਏ ਡਾਟਾ ਠੀਕ ਹੈ ਡੀ ਨੂੰ ਮਨ ਲਕਿ ਵੀ ਇਹ ਆਪਣੇ ਜੋ ਸਵਾਰਾ ਉਹ ਲੱਗ ਗਿਆ ਔਰ ਟੀ ਨੂੰ ਵੀ ਲੱਗ ਗਿਆ ਠੀਕ ਹੈ ਜਿਵੇਂ ਆਪਾਂ ਪੰਜਾਬੀ ਦੇ ਵਿੱਚ ਜਿਵੇਂ ਪੰਜਾਬੀ ਦੇ ਵਿੱਚ ਆਪਾਂ ਕਰਨਾ ਡਾਟਾ ਬਸ ਉਸੇ ਤਰੀਕੇ ਇੰਗਲਿਸ਼ ਦੇ ਵਿੱਚ ਵੀ ਉਸੇ ਤਰੀਕੇ ਪੈ ਜਾਊਗਾ ਨੈਕਸਟ ਹੈਗਾ ਜੀ ਡੈਸ਼ ਸ਼ਬਦ ਦੇਖੋ ਡੇ ਆਪਾਂ ਪੰਜਾਬੀ ਵਿੱਚ ਕਿਵੇਂ ਪਾਵਾਂਗੇ ਡੇ ਇਸ ਤਰ੍ਹਾਂ ਪੇਜੂਗਾ ਹਨ ਤਾਂ ਫਿਰ ਡੀ ਤਾਂ ਦੇਖੋ ਕਾਦੀ ਆਵਾਜ਼ ਆ ਰਹੀ ਹੈ ਏ ਦੀ मतलब ਮਤਲਬ ਕਿ ਇਹ ਸੈਕਿੰਡ ਪਲੇਸ ਤੇ ਪਊਗਾ ਮਤਲਬ ਕਿ ਵੀ ਇਹ ਲਾਈਨ ਨੂੰ ਟੱਚ ਹੋ ਜਾਓ ਤੇ ਸੈਕਿੰਡ ਪਲੇਸ ਤੇ ਡਾਟ ਲਗਾ ਲੱਗ ਜਾਊਗਾ ਤੇ ਠੀਕ ਹੈ ਨੈਕਸਟ ਹੈਗਾ ਪੇਸ਼ ਆਪਦ ਜਿਵੇਂ ਕੋਈ ਪੇਸ਼ ਆਪਦ ਆ ਗਿਆ ਆਪਾਂ ਨੂੰ ਪੀ ਏ ਵਾਈ ਪੇ ਠੀਕ ਹੈ ਇਹ ਲਾਈਨ ਹੈ ਤਾਂ ਫਿਰ ਇਹਨੂੰ ਪੀ ਨੂੰ ਆਪਾਂ ਟੱਚ ਕਰ ਦੇਵਾਂਗੇ ਤੇ ਸੈਕਿੰਡ ਪਲੇਸ ਤੇ ਡਾਟ ਲੱਗ ਜਾਵੇਗਾ ਠੀਕ ਹੈ ਨੈਕਸਟ ਹੈਗਾ ਸੇਸ਼ ਆਪਦ ਐਸ ਨੂੰ ਆਪਾਂ ਟੱਚ ਕਰ ਦੇਵਾਂਗੇ ਹਰ .i ਉਸ ਬਿਲਕੁਲ ਸੈਕੰਡ ਪਲੇਸ ਤੇ ਲੱਗ ਜਾਊਗਾ ਸੇ ਕਹਿਣਾ ਕਿਸੇ ਨੂੰ ਕੁਝ ਨੈਕਸਟ ਹੈਗਾ ਜੀ ਲੈ ਸ਼ਬਦ ਪੈਣਾ ਠੀਕ ਹੈ ਮਤਲਬ ਕਿ ਐਲ ਨੂੰ ਆਪਾਂ ਟੱਚ ਕਰ ਦੇਵਾਂਗੇ ਤੇ ਸੈਕੰਡ ਪਲੇਸ ਤੇ ਆਪਾਂ ਡਾਟ ਲਗਾ ਦੇਵਾਂਗੇ ਨੈਕਸਟ ਹੈਗਾ ਜੀ ਦੇ ਸ਼ਬਦ ਜਿਵੇਂ ਆਪਾਂ ਪਿੱਛੇ ਪਿਛਲੀ ਵੀਡੀਓ ਸਿੱਖਿਆ ਸੀ ਸ਼ਬਦ ਦੇਸ਼ ਸ਼ਬਦ ਜ਼ਫਰਦਾਸ਼ ਸ਼ਬਦ ਆਪਾਂ ਮਤਲਬ ਕਿ T H T ਥੱਥਾ ਸ਼ਬਦ ਹੈ ਇਹ ਇਹਨੂੰ ਆਪਾਂ ਇਸ ਤਰ੍ਹਾਂ ਪਾ ਦੇਵਾਂਗੇ ਇਹ ਬਿਲਕੁਲ ਟੱਚ ਹੋ ਜਾਊਗਾ ਤੇ ਸੈਕੰਡ ਪਲੇਸ ਤੇ ਡਾਟ ਲੱਗ ਜਾਵੇਗਾ ਠੀਕ ਹੈ ਨੈਕਸਟ ਹੈਗਾ ਵੇ ਮਨ ਲਕਿ ਬਿਲਕੁਲ ਵੇਸ਼ ਸ਼ਬਦ ਰਸਤਾ ਠੀਕ ਹੈ ਇਹ ਲਾਈਨ ਹੈ ਡਬਲ ਉੱਪਰ ਕਿਸ ਤਰ੍ਹਾਂ ਪਾਉਣੇ ਹੁੰਨੇ ਆ ਬਾਵੇ ਵਾਂਗੂ ਠੀਕ ਹੈ ਇੱਥੇ ਵਿਚਕਾਰ ਬਿਲਕੁਲ ਡਾਟ ਲੱਗ ਜਾਵੇਗਾ ਇਹ ਵੇਸ਼ ਸ਼ਬਦ ਬਣ ਗਿਆ ਨੈਕਸਟ ਹੈਗਾ ਜੀ ਪੀ ਦੇਖੋ ਹੁਣ ਸਿਆਰੀ ਤੇ ਵਿਹਾਰੀ ਵਾਲੇ ਸ਼ਬਦ ਆ ਚੁੱਕੇ ਆ ਹਨਾ ਪੀ ਮਨ ਲਕਿ ਵੀ ਆਪਾਂ ਲਾਈਨ ਹੈ ਆਪਾਂ ਪੀ ਨੂੰ ਕੱਟ ਦੇਵਾਂਗੇ ਤੇ ਬਿਲਕੁਲ ਥਰਡ ਪਲੇਸ ਤੇ ਮਨ ਲਕਿ ਵੀ ਇਹ ਜੋ ਡਾਟ ਹੋਰ ਲੱਗ ਜਾਵੇਗਾ ਥਰਡ ਪਲੇਸ ਜਿਵੇਂ ਆਪਾਂ ਇੱਥੇ ਕੀਤਾ ਥਰਡ ਪਲੇਸ ਤੇ ਸਿਆਰੀ ਤੇ ਵਿਹਾਰੀ ਵਾਲਾ ਜੋ ਸ਼ਬਦ ਹੁੰਦਾ ਹੈ ਉਹ ਮਨ ਲਕਿ ਉਹ ਸ਼ਬਦ ਨੂੰ ਆਪਾਂ ਕੱਟ ਕੇ ਪਾਉਣੀ ਹੈ ਨੈਕਸਟ ਹੈਗਾ ਟੀ ਸ਼ਬਦ ਚ ਟੀ ਠੀਕ ਹੈ ਲਾਈਨ ਐ ਟੀ ਨੂੰ ਪੇ ਕੱਟ ਦੇਵਾਂਗੇ ਤਾਂ ਬਿਲਕੁਲ ਥਰਡ ਪਲੇਸ ਤੇ ਆਪਾਂ ਵਿਆਰੀ ਲਗਾ ਦੇਵਾਂਗੇ ਠੀਕ ਹੈ ਨੈਕਸਟ ਹੈਗਾ ਜੀ ਬੀ ਸ਼ਬਦ ਬੀ ਬੀ ਨੂੰ ਪੇ ਕੱਟ ਦੇਵਾਂਗੇ ਔਰ ਇਹਨੂੰ ਆਪਾਂ ਡਾਟ ਲਗਾ ਦੇਵਾਂਗੇ ਸਿਹਾਰੀ ਤੇ ਵਿਆਰੀ ਵਾਲਾ ਨੈਕਸਟ ਹੈਗਾ ਜੀ ਫੀ ਕਿਸੇ ਨੂੰ ਫੀਸ ਦੇਣਾ ਜਿਵੇਂ ਆਪਾਂ ਲਾਈਨ ਨੂੰ ਕੱਟ ਦਿਆ ਐਫ ਨੂੰ ਕੱਟ ਦੇਵਾਂਗੇ ਔਰ ਵਿਆਰੇ ਵਾਲਾ ਜੋ ਡਾਟ ਆਉਪਾ ਲਗਾ ਦੇਵਾਂਗੇ ਠੀਕ ਹੈ ਨੈਕਸਟ ਆ ਗਿਆ ਸੀ ਦੇਖਣਾ ਐਸ ਨੂੰ ਕੱਟ ਦੇਵਾਂਗੇ ਔਰ ਇੱਥੇ ਡਾਟ ਲਗਾ ਦੇਵਾਂਗੇ ਸਿਆਰੀ ਤੇ ਵਿਆਰੀ ਵਾਲਾ ਨੈਕਸਟ ਆ ਗਿਆ ਸ਼ੀ ਸ਼ੀ ਨੂੰ ਸੌਰੀ ਸੀ ਇਸ ਤਰ੍ਹਾਂ ਪੇਜੂ ਸ਼ੀ ਇਸ ਤਰ੍ਹਾਂ ਪੇਜੂਗਾ ਠੀਕ ਹੈ ਨੈਕਸਟ ਆ ਗਿਆ ਜੀ ਸੀ ਸੁਮੰਦਰ ਸੁਮੰਦਰ ਵਾਲਾ ਸੀ ਇਹ ਵੀ ਇਸ ਤਰ੍ਹਾਂ ਹੀ ਪੇਜੂਗਾ ਹੈਨਾ ਦੇਖੋ ਇਹ ਬਹੁਤ ਆਸਾਨ ਹੈ ਦੋਸਤੋ ਇਹਨੂੰ ਤੁਸੀਂ ਜ਼ਰੂਰ ਕਰਕੇ ਦੇਖਣਾ ਹੈ ਇਸਦੇ ਕੁਝ ਐਕਸਰਸਾਈਜ਼ ਨੇ ਮੈਂ ਤੁਹਾਨੂੰ ਸੈਂਡ ਕਰ ਦਿੰਨਾ ਹੈ ਤਾਂ ਤੁਸੀਂ ਮੈਨੂੰ ਜ਼ਰੂਰ ਮਤਲਬ ਕਿ ਵੀ ਇਹ ਕਰਕੇ ਸੈਂਡ ਕਰਨਾ ਹੈ ਠੀਕ ਹੈ ਸੋ ਅੱਜ ਦੇ ਲਈ ਇੰਨੀ ਇੰਨੀ ਕਾਫੀ ਹੈ ਸੋ ਆਪਾਂ ਨੈਕਸਟ ਕੱਲ ਵਾਲੀ ਵੀਡੀਓ ਦੇ ਵਿੱਚ ਆਪਾਂ ਮਤਲਬ ਡੈਸ਼ ਵਾਲੇ ਕਰਾਂਗੇ ਠੀਕ ਹੈ ਥੈਂਕ ਯੂ